ਸਲਾਮ ਅਲੈਕੁਮ, ਵਾਲੇਕੁਮ ਸਲਾਮ। ਮੋਬਾਈਲ ਲਾਈਵ ਨਹੀਂ, ਮਿਠਾਈ ਲਾਈਵ ਆ ਜਾਣ, ਰਸਗੁੱਲੇ, ਗੁਲਾਬ ਜਾਮਨ, ਬਰਫੀ, ਪਿਸਤਾ, ਪਤੀਸਾ, ਮਨ ਪਸੰਦ 1.5 ਕਿਲੋ ਕਰ ਦਿਓ। ਕੀ ਮਿਠਾਈ? ਕਿਹੜੀ ਮਿਠਾਈ? ਜਿਹੜੀ ਹੁੰਦੀ ਪਾ ਮਿਠਾਈ ਤਾਂ ਹੋਣਗੀਆਂ, ਜਾਂ ਤਾਂ ਕਹੋ ਮਿਕਸ ਕਰਦੇ ਹਾਂ, ਅਤੇ ਜਾਂ ਕਹੋ ਕਿ ਰਸਗੁੱਲੇ ਕਰ ਦਿਓ ਅਤੇ ਬਰਫੀ ਕਰ ਦਿਓ ਬਸ ਇਕੱਲੇ। ਕਿਹੜੇ? ਐ ਨੇ ਸੈਮਸੰਗ ਦੇ ਰਸਗੁੱਲੇ ਕਰਾਂ ਅਤੇ ਜਾਂ ਦੂਸਰੇ ਰਸਗੁੱਲੇ ਕਰਾਂ? ਇਹ ਸੈਮਸੰਗ ਦੇ ਰਸਗੁੱਲੇ ਆ, ਇਹ ਉਹ ਚਾਰਜਰ ਆ, ਮੋਬਾਈਲਾਂ ਦੀ ਦੁਕਾਨ ਹੈ ਭਰਾ ਮੇਰੇ ਆ, ਤੂੰ ਤਾਂ ਮਿਠਾਈ ਦਾ ਆਰਡਰ ਲਾ ਕੇ ਆ ਗਏ। ਤੁਸੀਂ ਵੀ ਸਿੱਧੀ ਗੱਲ ਕਰੋ ਨਾ ਭੈਣ। ਉਹ ਨਹੀਂ ਤਾਂ ਤੁਸੀਂ ਬਾਹਰੋਂ ਪੜ੍ਹ ਕੇ ਨਹੀਂ ਆਇਆ, ਐਡਾ ਵੱਡਾ ਲਿਖਿਆ ਹੋਇਆ ਜੱਦਾ ਮੋਬਾਈਲ ਪ੍ਰੋਪਰਾਈਟਰ ਐਮ ਅਕਰਮ ਐਮ ਅਰਸ਼ਦ, ਅਤੇ ਤੁਹਾਨੂੰ ਐਂ ਨਹੀਂ ਨਜ਼ਰ ਆ ਰਿਹਾ ਅਤੇ ਆ ਕੇ ਪੁੱਛ ਰਹੇ ਹੋ ਮੋਬਾਈਲ ਲਾਏ ਨੇ? ਮੈਂ ਕਿਹਾ ਸ਼ਾਇਦ ਰਿਪੇਅਰ ਕਰਦੇ। ਨਹੀਂ ਨਹੀਂ ਰਿਪੇਅਰ ਨਹੀਂ ਕਰਦੇ, ਠੀਕ ਕਰਨੇ। ਅੱਛਾ ਹੱਸਦੇ ਹੋ ਭਾਅ ਜੀ, ਤੁਸੀਂ ਪਤਾ ਨਹੀਂ ਕੌਣ ਹੋ ਤੁਸੀਂ, ਮਜ਼ਾਕ ਉਡਾਉਣ ਆਇਓ ਸਾਡਾ? ਚੀਜ਼ ਕੀ ਚਾਹੀਦੀ ਉਹ ਆਰਡਰ ਲਾਓ। ਅੱਛਾ ਜਿਹਾ ਮੋਬਾਈਲ ਦਿਓ। ਅੱਛਾ ਜਿਹਾ ਮਸਲ ਕਿਹੜਾ? ਬਹੁਤ ਅੱਛਾ, 12 ਮਸਾਲਿਆਂ ਵਾਲਾ ਕ੍ਰਿਸਪੀ। ਕਿਹੜਾ ਚਾਹੀਦਾ ਮੋਬਾਈਲ? ਸੈਮਸੰਗ ਦਾ, ਓਪੋ ਦਾ, ਵੀਵੋ ਦਾ, ਆਈਫੋਨ ਚਾਹੀਦਾ ਹੈ, ਮਤਲਬ ਕਿਹੜਾ? ਹਾਂ ਕੀ? ਹਾਂ ਮੋਬਾਈਲ, ਮੋਬਾਈਲ ਸਾਰੇ ਵੇਖੋ ਮੋਬਾਈਲ ਲੱਗੇ ਨੇ। ਅੱਛਾ ਬਲੇਡ ਦਾ, ਜ਼ੈਡ ਈ ਦਾ ਵਾ, ਇਨਫਿਟ ਆ, ਨੋਟ ਆ, ਸਪਾਰਕ ਆ, ਇਹ ਥੱਲੇ ਆ ਜਾਓ, ਇਹ ਵੀਵੋ ਆ, ਇਹ ਵੇਖੋ ਓਪੋ ਆ, ਤੁਹਾਨੂੰ ਕਿਹੜਾ ਚਾਹੀਦਾ ਵਾ? ਉਹ ਤੁਸੀਂ ਆਰਡਰ ਲਾਉਣਾ ਤੁਹਾਨੂੰ ਮਿਲ ਜਾਣਾ। ਤੁਹਾਨੂੰ ਵੱਡਾ ਮੋਬਾਈਲ ਲੈਣਾ, ਵੱਡਾ ਵੱਡਾ ਮੋਬਾਈਲ ਵੀ ਮਿਲ ਜਾਏਗਾ ਭਾਈ ਜਾਨ। ਸਾਰੇ ਕਜ਼ਨਾਂ ਕੋਲ ਮੋਬਾਈਲ, ਇਹਨਾਂ 'ਤੇ ਬੜੀਆਂ ਸ਼ੋਖੀਆਂ ਮਾਰਦੇ। ਅੱਛਾ ਆ ਗਏ, ਸੈਲਫੀਆਂ ਲੈ, ਵੀਡੀਓ ਬਣਾ, ਇੰਜ ਕਰ। ਹਾਂ ਹਾਂ, ਉਹ ਮੇਰੇ ਕੋਲ ਜੀ ਪੁਰਾਣਾ ਮੋਬਾਈਲ। ਅੱਛਾ, ਬੜੀ ਇਨਸਲਟ ਹੋਈ, ਬੜੀ ਇਨਸਲਟ ਹੋਈ। ਅੱਛਾ, ਇੰਨੀ ਬਿਸਤੀ ਤਾਂ ਮੈਂ ਕਹਿੰਦਾ ਬੰਦਾ ਨੱਸ ਕੇ ਇਹਦੇ ਨਾਲੋਂ ਦੌੜ ਜਾਏ ਕਿਤੇ, ਡਿੱਗ ਕੇ ਮਰ ਜਾਏ। ਮੈਂ ਨਹੀਂ, ਬੇਸਿਕ ਜੀ ਤੁਹਾਡੀ ਹੋਈ ਮੋਬਾਈਲ? ਮੇਰੀ ਭੈਣ। ਅੱਛਾ, ਮੈਂ ਕਿਹਾ ਮੋਬਾਈਲ ਦੀ ਹੋਈ ਉਹਦੇ, ਯਾਨੀ ਰਿਸ਼ਤੇਦਾਰਾਂ 'ਚ ਵੀ ਜੇ ਬਿਸਤੀ ਹੋਣੀ ਹੈ ਤਾਂ ਫਾਇਦਾ ਕੀ? ਇੰਨਾ ਪੈਸਾ ਕਮਾਉਣ ਦਾ ਕੀ ਫਾਇਦਾ? ਕੋਈ ਫਾਇਦਾ। ਹੁਣ ਕਿਹੜਾ ਭਰਾ ਨੂੰ ਮੈਂ ਮੋਬਾਈਲ? ਮੋਬਾਈਲ ਵੱਡਾ ਦਿਓ। ਮੈਂ ਵੱਡਾ ਕਿਹੜਾ? ਐ ਲਓ, ਆ ਓਪੋ ਦਾ A16 ਹੈ, ਆ ਵੇਖ ਲਓ। ਮੋਬਾਈਲ ਇੰਝ ਦਾ ਹੋਵੇ ਕਿ ਜਾਵੇ ਰਿਸ਼ਤੇਦਾਰਾਂ 'ਚ ਅਤੇ ਉਹ ਕਹਿਣ ਕਿ ਸਭ ਦਾ ਧਿਆਨ ਮੇਰੇ ਵੱਲ ਹੀ ਆ ਜਾਵੇ। ਨਹੀਂ ਇਹ ਕੀ ਫੜਿਆ? ਨਹੀਂ, ਮੋਬਾਈਲ ਆਪ ਜਾਵੇ, ਲੱਤਾਂ ਪੈਰਾਂ ਦਾ ਮੋਬਾਈਲ ਚਾਹੀਦਾ ਤੁਹਾਨੂੰ। ਤੁਸੀਂ ਜਾਓਗੇ ਤਾਂ ਮੋਬਾਈਲ ਵੀ ਤੁਹਾਡੇ ਨਾਲ ਜਾਏਗਾ, ਆਮ ਮੋਬਾਈਲ 'ਤੇ ਨਹੀਂ ਜਾਏਗਾ ਕੋਈ। ਨਹੀਂ, ਮੇਰਾ ਮਤਲਬ ਕਿ ਮੈਂ ਮੋਬਾਈਲ ਲੈ ਕੇ ਜਾਵਾਂ। ਇੰਝ ਗੱਲ ਕਰੋ ਨਾ, ਤੁਸੀਂ ਕਿਹਾ ਜੀ ਮੋਬਾਈਲ ਰਿਸ਼ਤੇਦਾਰਾਂ ਨਾਲ ਜਾਵੇ ਅਤੇ ਐ ਲਓ ਫਿਰ ਬੋਆਏ, ਆਹ ਵੀਵੋ ਦਾ ਲੈ ਲਓ ਮੋਬਾਈਲ, 70 ਇਹ ਨਵਾਂ, ਇਹ ਬਿਹਤਰੀਨ। ਕਿੰਨੇ ਦਾ ਭੈਣ? ਇਹ 6128 ਹੈ ਭਾਈ ਜਾਨ, ਇਹ 55,000 ਰੁਪਏ ਦਾ ਭਾਈ। 55,000 ਦਾ? ਹਾਂ, ਇਹਦੀ ਉਹ ਹੈਗੀ ਇਹਦਾ ਕਵਰ, ਸਾਰਾ ਕੁਛ ਹੈਗਾ ਭਾਅ ਜੀ। ਵਾਈ ਇਹ Y17S ਜਿਹੜਾ? ਹਾਂਜੀ, ਹੈ Y17S। ਇਹਦਾ ਭੈਣ ਕਵਰ ਦਿਖਾ ਦੇ, ਮੈਂ ਤੁਹਾਨੂੰ ਇਹਦਾ ਕਵਰ ਭੇਜ ਦਿੰਦਾ ਕੋਈ, ਇਹ ਤੁਹਾਨੂੰ ਕਵਰ ਦੇ ਦਿੰਦਾ। ਐ ਲਓ, ਵਾਲੇਕੁਮ ਸਲਾਮ ਜੀ, ਬੈਠੋ ਜੀ, ਤਸ਼ਰੀਫ ਰੱਖੋ। ਅੱਛਾ, ਇਹਦਾ ਚਾਰਜਰ ਚਾਹੀਦਾ, ਇਹਦਾ ਪਨ ਕਵਰ ਚਾਹੀਦਾ? ਨਹੀਂ, ਰਿਸ਼ਤੇਦਾਰਾਂ ਚ ਸਾਰੇ ਰਿਸ਼ਤੇਦਾਰ ਇਕੱਠੇ ਹੋਏ, ਮੇਰਾ ਮੋਬਾਈਲ ਸੀ, ਥੋੜਾ ਜਿਹਾ ਝਰੀਟਾਂ ਲੱਗੀਆਂ, ਇੰਨਾ ਹੀ ਐਵੇਂ ਹੋ ਪੈਂਦਾ। ਇਹਦਾ ਹੈਗਾ ਉਹ
ਉਹ ਜਿਹੜਾ ਉੱਤੇ ਲਾਉਣ ਵਾਲਾ ਹੁੰਦਾ ਕਵਰ ਉੱਤੇ ਲਾਉਣਾ ਨਾ ਇਹਦਾ ਕਵਰ ਲੱਗਦਾ ਵਾ ਜਿਹਦੇ ਉੱਤੇ ਟੈਂਪ ਹਾਂਜੀ ਉਹ ਇੱਕ ਦੇ ਉਹ ਵੀ ਦੇ ਦਿੰਦਾ ਮਿਲ ਜਾਂਦਾ ਇੱਧਰ ਰੱਖਿਆ ਨੇ ਮੁੰਡੇ ਅੱਜ ਕੱਲ੍ਹ ਇਹ ਨਹੀਂ ਵੇਖਦੇ ਉੱਤੇ ਲਾਉਣਾ ਇਹਦਾ ਪਾਣੀ ਕਵਰ ਮੋਬਾਈਲ ਅੱਛਾ ਬਸ ਕਾਰੋਬਾਰ ਤੁਹਾਡਾ ਹੈ ਨਹੀਂ ਹੈ ਅੱਛਾ ਤੁਸੀਂ ਕੰਮ ਤੇ ਜਾਂਦੇ ਹੋ ਨਹੀਂ ਜਾਂਦੇ ਹਾਂਜੀ ਉੱਤੇ ਲਾਉਣਾ ਨਾ ਇਹਦਾ ਪਾਣੀ ਕਵਰ ਠੀਕ ਹੋਵੇ ਮੋਬਾਈਲ ਦੇ ਉੱਤੇ ਕਰਕੇ ਨਾ ਦਿਓ ਠੀਕ ਅੱਛਾ ਇਹਦਾ ਪਾਵਰ ਬੈਂਕ ਜਿਹੜਾ ਹੁੰਦਾ ਪਾਵਰ ਬੈਂਕ ਵੇਖ ਇਹਦਾ ਵਾਇਸ 17 ਐਸ ਦਾ ਆ ਉੱਤੇ ਲਾਉਣਾ ਨਾ ਇਹਦਾ ਪਾਣੀ ਕਵਰ ਕਿਹਾ ਜੇ ਇਹ ਨਹੀਂ ਦੇਖਦੇ ਖਾਨਦਾਨ ਵਾਲੇ ਕਿ ਵੀ ਇੰਨਾ ਹੀ ਹੈ ਇਹਦਾ ਕਾਰੋਬਾਰ ਕੀ ਇਹਦਾ ਵਾਇਸ ਮੋਬਾਈਲ ਹੈ ਅੱਛਾ ਨਵਾਂ ਸੂਟ ਪਾਇਆ ਇਹਦਾ ਪਾਣੀ ਕਵਰ ਸ਼ੈਨੀ ਟੈਸ਼ਨ ਬਿਲਕੁਲ ਨਾ ਕੋ ਲੋਕੀ ਐਵੇਂ ਧਿਆਨ ਪਾਈ ਜਾਂਦੇ ਉਹਦੇ ਉਹ ਇੰਨਾ ਹੀ ਹੈ ਇਹਦਾ ਵਾਇਸ 17 ਐਸ ਦਾ ਹੈ ਪਾਇਆ ਤੇ ਟੈਸ਼ਨੀ ਟੈਸ਼ਨ ਮੈਂ ਕਿਹਦੇ ਵੱਲ ਵੇਖਾਂ ਨਾ ਕੋ ਲੋਕੀ ਐਵੇਂ ਧਿਆਨ ਐਰੀਆ ਨੂੰ ਵੇਖਾਂ ਤੁਹਾਡੇ ਵਾਲ ਪਾਵਰ ਬੈਂਕ ਆ ਭਾਜੀ ਇਹਨੂੰ ਖਰਾਬ ਨਹੀਂ ਕਰਨਾ ਲੈਣਾ ਤੇ ਓਕੇ ਹੈ ਹੋਰ ਦੱਸੋ ਹੁਣ ਦੱਸੋ ਮੈਂ ਕਿਹਦੇ ਵੱਲ ਵੇਖਾਂ ਹੈ ਜੀ ਹੈਂਡ ਫ੍ਰੀ ਇਹਦੀ ਮਹਿੰਗੀ ਮਰੋ ਮਰੋ ਕਰਕੇ ਮਰਨਾ ਇੱਕ ਵਾਰੀ ਮਰੋ ਭਰਾ ਮੇਰੇ ਜਿੱਥੇ ਤੂੰ ਇੰਨੀ ਹਮਦਰਦੀ ਇਹਦੀ ਕੀ ਕਰਨੀ ਹੋਰ ਕੀ ਚਾਹੀਦਾ ਵਾ ਬੈਟਰੀ ਐਫਲ ਚ ਬੈਟਰੀ ਐਦੀ ਨਹੀਂ ਹੁੰਦੀ ਬੈਟਰੀ ਚਾਰਜ ਕਾਹਦੇ ਨਾਲ ਐਫਲ ਚ ਬੈਟਰੀ ਨਾਲ ਵੱਡੇ ਛੋਟੇ ਦਾ ਬਿਲਕੁਲ ਨੀ ਰਿਹਾ ਹਾਂਜੀ ਵੱਡਾ ਵਾ ਜਿਵੇਂ ਵੱਡੇ ਛੋਟੇ ਮੋਬਾਈਲ ਦਾ ਨੀ ਰਿਹਾ ਹੁਣ ਤੁਹਾਨੂੰ ਕਿਹੜਾ ਚਾਹੀਦਾ ਛੋਟੇ ਆ ਇਸ ਤੋਂ ਵੀ ਵੱਡਾ ਐ ਲੈ ਲਓ ਫਿਰ ਮੋਬਾਈਲ ਐ ਵੱਡਾ ਦੇ ਦਿਆ ਤੁਹਾਨੂੰ ਵੱਡਾ ਆ ਲੈ ਜਾਓ ਰਿਸ਼ਤੇਦਾਰੀ ਵੀ ਲੈ ਕੇ ਜਾਓਗੇ ਬੈਗ ਚ ਪਾ ਕੇ ਖੜੋਗੇ ਪਤਾ ਲੱਗੇਗਾ ਚੋਰੀ ਖੜੋਗੇ ਨਜ਼ਰ ਆਏਗਾ ਜੇ ਤੁਸੀਂ ਵਾਪਸ ਘਰ ਜਾਓ ਤੁਹਾਨੂੰ 6 ਮਹੀਨਿਆਂ ਸਮੇਂ ਦੇ ਸਕਣਾ ਜੇ ਲਾ ਕੇ ਤੁਸੀਂ ਲੈ ਜਾਓ ਕੋਈ ਮਸਲਾ ਨਹੀਂ ਹੈ ਆਪਣੇ ਸ਼ਨਾਤੀ ਕਾਰਡ ਦੀ ਕਾਪੀ ਮੰਦੇ ਜੀ ਕੀ ਹੈਗਾ ਜੀਬੀ ਹੈ ਜੀਬੀ ਕੀ ਮੇਰੇ ਕੋਲ ਮੋਬਾਈਲ ਹੈ ਨਾ ਇਹਦੀ ਰੈਮ ਸਮਝ ਲੈ ਕੇ 155 ਵਾ ਜੀਬੀ ਸਮਝ ਲੈ 364 ਸਿਮ ਪਾਉਣ ਦੀ ਤੁਸੀਂ ਇੱਜ਼ਤ ਵੀ ਕਰਾਇਆ ਤੁਹਾਡੀ ਠੀਕ ਹੋ ਗਿਆ ਅੱਛਾ ਜੀ ਆ ਹੋ ਗਿਆ ਹੋ ਗਿਆ ਹੋ ਗਿਆ ਹਾਂਜੀ ਹਾਂਜੀ ਵੱਡਾ
ਹੋਏ ਹੋਏ ਉਸਤਾਦ ਜੀ, ਬੰਦੇ ਦੀ ਸ਼ਖਸੀਅਤ ਦੀ ਇੱਜ਼ਤ ਨਹੀਂ ਰਹੀ, ਪੈਸੇ ਦੀ ਇੱਜ਼ਤ ਨਹੀਂ ਰਹੀ। ਹਾਂ ਉਹ ਭਰਾ ਹਰ ਚੀਜ਼ ਪੈਸਾ ਦੇ ਰਿਹਾ, ਹਰ ਚੀਜ਼ ਪੈਸਾ। ਨਹੀਂ ਤੁਸੀਂ ਪੜ੍ਹੇ ਲਿਖੇ ਹੋ, ਜੇ ਤਾਂ ਤੁਸੀਂ, ਤੁਹਾਡੇ ਕੋਲ ਡਿਗਰੀਆਂ ਵਾ, ਤੁਹਾਡੇ ਕੋਲ ਪਰਸਨੈਲਿਟੀ ਹੈ, ਤੁਹਾਡੇ ਕੋਲ ਅੱਛੀ ਸ਼ਕਲ ਆ, ਕੁਛ ਸ਼ਕਲ ਆ, ਤੁਸੀਂ ਪੈਸਾ ਨਹੀਂ ਹੈਗਾ, ਤੁਸੀਂ ਮਿੱਟੀ ਮਹਿਫਲ 'ਚ, ਤੁਸੀਂ ਮਿੱਟੀ ਭਾਜੀ, ਸ਼ਖਸੀਅਤ ਦੀ ਇੱਜ਼ਤ ਨਹੀਂ। ਕੌਣ ਤੁਸੀਂ ਚੱਲਦਾ ਨਹੀਂ ਰਿਹਾ, ਤੁਸੀਂ ਸਮਝ ਲਿਆ ਜੀ, 300 ਦੇ ਰਹੇ ਹੋ ਜੀ, ਸਬਰ ਕਰੋ, ਟੈਨਸ਼ਨ ਤੈਨੂੰ ਆਪਣੀ। ਜੇ ਤੁਸੀਂ ਜਿੱਦਾਂ ਮੋਬਾਈਲ 'ਤੇ ਆਇਆ ਵਾ ਜਾਂ ਨਾਨਕਿਆਂ 'ਤੇ ਆਇਆ ਵਾ, ਦੁੱਖ ਮੈਨੂੰ ਸੁਣਾਉਣੇ ਆ ਜਿਹਦਾ ਨਹੀਂ ਆ ਪੈਸੇ 'ਤੇ, ਜਾ ਮੇਰੇ ਭਰਾਵਾ ਤੂੰ ਮੈਨੂੰ ਟੈਨਸ਼ਨ ਕਿਉਂ ਪਾਈ ਹੋਈ ਹੈ, ਮੈਨੂੰ ਇਹ ਦੱਸ। ਬੁਰੀ ਗੱਲ, ਬੁਰੀ ਗੱਲ, ਉਤੋਂ ਮੇਰੇ ਮੂੰਹ ਅੱਗੇ ਕਹੀ ਜਾਂਦਾ ਮਿੱਟੀ ਮਿੱਟੀ, ਤੇਰੀ ਸ਼ਖਸੀਅਤ ਦੀ ਇੱਜ਼ਤ ਨਹੀਂ। ਕਹਿ ਰਿਹਾ ਬੰਦਾ ਮਿੱਟੂ ਇਸ ਗੱਲ 'ਤੇ ਹੀ ਪਾ ਮਿੱਟੀ। ਅਗਲੀ ਗੱਲ ਸਮਝ ਲੈ, ਪੈਸਾ ਚੌਕ ਦੇ ਰਹੇ ਹੋ, ਜੋ ਮਰਜ਼ੀ ਕਰ ਰਿਹਾ ਉਹ, ਦੁਕਾਨ ਕਿਤੇ ਲੁੱਟਣ 'ਤੇ ਨਹੀਂ ਆਇਆ। ਜਿਹਦੇ ਕੋਲ ਪੈਸਾ ਵਾ, ਐ ਤਾਂ ਨਹੀਂ ਪੁੱਛਣਾ ਚਾਹੁੰਦਾ ਮੈਂ ਕਿਹਾ ਪੈਸਾ ਮੈਂ ਖੋਲ੍ਹ ਕੇ ਵਹਾਇਆ ਪਿਆ ਮੇਰੇ ਕੋਲ ਪੈਸਾ। ਨਹੀਂ ਨਹੀਂ, ਅੱਲਾ ਰਹਿਮ ਕਰੇ, ਲੁੱਟਣਾ। ਉਹ 3 ਮਹੀਨੇ ਹੋ ਗਏ, ਇੱਕ ਮੋਬਾਈਲ ਵੀ ਨਹੀਂ ਵੇਚਿਆ, ਹਾਲਾਤ ਬੜੇ ਮਾੜੇ ਆ ਕਾਰੋਬਾਰ ਦੇ, ਉਹ ਭਲਾ ਪਵੇ। ਅੱਛਾ ਪਹਿਲੇ ਦੀ ਪਿਛਲੀ ਮਸ਼ੀਨਰੀ ਵਾਈ 20 ਵਾਈ 70 ਬੇਬੇ ਦਾ ਮੋਬਾਈਲ ਇੱਥੇ ਜੋੜ ਕੇ ਬਣਾਉਣਾ ਤੁਸੀਂ, ਇੰਨਾ ਮਹਿੰਗਾ ਨਹੀਂ ਲਿਆ ਜਾ, ਉਹ ਤੇ ਇਸ ਤਰ੍ਹਾਂ ਚੀਜ਼ਾਂ ਨਹੀਂ ਲੱਭਦੀਆਂ। ਉਹ ਭਰਾ ਮੇਰੇ ਕਿੱਥੋਂ ਆ ਗਿਆ, 300 ਦੇ ਦਿਓ, ਪੈਂਟ ਸ਼ਰਟ ਇੰਜ ਪਾਈ ਜਿਵੇਂ ਕਿਸੇ ਦੁਕਾਨ ਜੁੜ ਕੇ ਆਇਆ। ਜੇ ਤੁਸੀਂ ਇਹਦੇ ਨਾਲ ਮੋਬਾਈਲ ਬਣ ਜਾਣਾ ਨਾ, ਨਾਨਕਿਆਂ ਦੇ ਨਾਲ ਤੇ ਨਾਲ ਤੇ ਇਹਦੇ ਨਾਲ ਤੇ ਇਹਦੇ ਨਾਲ, ਦਿਮਾਗ ਠੀਕ ਹੈ ਤੇਰਾ? ਉਹ ਵਿਚਲੀ ਮਸ਼ੀਨਰੀ ਵੀ ਨਹੀਂ, ਉਹ ਵੀ ਜੀ ਘੜੀ ਲੈਣ ਆਇਆ ਮੇਰੇ ਕੋਲ, ਬੇਬੇ ਦਾ ਮੋਬਾਈਲ ਕੱਢ ਕੇ ਜੋੜ ਦੇ, ਖਰਾਬ ਮੋਬਾਈਲ ਆਏ ਹੁੰਦੇ ਆ, ਉਹ ਸਾਡੇ ਕੋਲ ਨਹੀਂ ਆਉਂਦੇ, ਉਹ ਕਿਸੇ ਚੋਂ ਕੱਢ ਦੇ, ਉਹ ਤੇ ਅੱਧੀ ਕੀਮਤ ਤੇ ਸਮਝ ਲੈ, 300 ਦੇ ਦਿਓ, ਕੱਢ ਦੇ ਨਾ, ਉਹਦੇ ਚੋਂ ਤੈਨੂੰ ਅੱਧੀ ਕੀਮਤ ਤੇ ਕਿਉਂ ਕੱਢਦੇ ਆਪਾਂ? ਤੇ ਮੈਂ ਇਹਦੇ ਵਿੱਚ ਪਾ ਕੇ ਤੇ ਫਿੱਟ ਕਰਕੇ ਐਲਫੀ ਲਾ ਕੇ ਜੋੜ ਕੇ ਚਾਰਜਰ ਇੱਥੇ ਇਹ ਕੰਨਾਂ ਨਾਲ ਲਾ ਕੇ, ਦਿਮਾਗ ਠੀਕ ਹੈ ਤੇਰਾ? ਹੈਂਡ ਫਰੀ, ਮੈਂ ਤੇਰੇ ਹੈਂਡ ਫਰੀ ਕੰਨਾਂ 'ਚ ਲਾ ਕੇ ਨਾ ਤੇ ਤੇਰੀਆਂ ਨਸਾਂ ਦੇ ਉੱਤੇ ਮੋਬਾਈਲ ਇੱਥੇ ਜੋੜ ਕੇ ਹੈਂਡ ਫਰੀ ਸੈੱਟ ਹੋ ਜਾਣੀ। ਬਦਤਮੀਜ਼ੀ ਕਾਦੀ ਕਰਨ ਦੇ, ਬਦਤਮੀਜ਼ੀ ਕਰਨ ਦੇ ਗੱਲਾਂ ਮੈਨੂੰ ਅੱਜ ਸੁਣਾਉਣੇ ਆ, ਪੈਸੇ ਦੀ ਇੱਜ਼ਤ ਆ, ਪੁਰਾਣੇ ਦੀ ਇੱਜ਼ਤ ਆ, 300 ਦੇ ਦਿਓ, ਇਹ ਨਹੀਂ ਕਰ ਰਹੇ ਵਾ ਕਿ ਬਿਸਤੀ ਹੁੰਦੀ ਹਰ ਜਗ੍ਹਾ ਤੇ, ਤੇ ਫਿਰ ਪੈਸੇ ਖਰਚੇ ਨਾ, ਪੈਸੇ ਖਰਚੀ ਕਿੱਥੋਂ ਖਰਚੀਏ? ਨਾਨਕਿਆਂ ਦੇ ਆਇਆ ਵਾ, ਨਵਾਂ ਲੈਣਾ ਵਾ, ਲੈਣਾ ਨਵਾਂ ਹੀ ਲੈਣਾ ਹੈ, ਲੈ ਹੁਣ, ਦਿਮਾਗ ਠੀਕ ਹੈ ਤੇਰਾ? 3 ਮਹੀਨੇ ਰਹਿ ਗਏ ਆਖਰੀ ਕਮੇਟੀ ਖਤਮ ਹੋਣੀ, ਤੇਰੀ ਸ਼ਾਨ ਚ ਫਰਕ ਪੈਣਾ ਵਾ, ਤੇਰਾ ਨਵਾਂ ਹੋਵੇ ਵਿੱਚ ਪੁਰਾਣਾ ਪੀਸ 18000 ਦੀ ਯਾਰ, ਬੇਬੇ ਦਾ ਮੋਬਾਈਲ ਇੱਥੇ ਜੋੜ, ਕੋਈ ਮੋਟਰਸਾਈਕਲ ਨਹੀਂ ਹੈ, ਤੇਰੀ ਪੁਰਾਣੀ ਜੀਨਾਂ ਦੀ ਵਾਲ ਦਾ ਮੋਬਾਈਲ, ਆ ਮੋਬਾਈਲ ਪਿੱਛੋਂ ਕੰਪਨੀ ਤੋਂ ਪੈਕ ਹੋ ਗਿਆ ਹੁੰਦਾ, ਸਮਝ ਲੈ ਜਦੋਂ ਖਰਾਬ ਹੁੰਦਾ 300 ਦੇ ਦਿਓ, ਵਾਪਸ ਭੇਜੀ ਜਾਂ ਕੰਪਨੀ ਜੋ ਉੱਥੇ ਠੀਕ ਹੋ ਗਿਆ ਹੁੰਦਾ, ਉਹ ਲਾਣੀ ਜਿਹੜੀ ਇਸ ਤਰ੍ਹਾਂ ਨਹੀਂ ਹੁੰਦੀ ਕਿ ਮੈਂ ਤੈਨੂੰ ਪੀਰੀਆਂ ਦੀ ਕਾਬਾ ਦੇ ਵੀ ਮੈਂ ਤੈਨੂੰ ਦੱਸਣ ਦਿਆ।
ਤੈਨੂੰ ਕਿਹਾ ਉਹਨਾਂ ਚੋਂ ਵੇਖ ਲੈ 18 ਨਹੀਂ ਲੈਣਾ ਬੇਬੇ ਦਾ ਮੋਬਾਈਲ ਇੱਥੇ ਜੋੜ ਦੂੰਗਾ ਸਾਡੀ ਬਸ ਬਿਸਤੀ ਜਿੰਨੀ ਹੋਣੀ ਸੀ ਹੋ ਗਈ ਜਿੰਨੀ ਹੋਣੀ ਸੀ ਹੋ ਗਈ ਜਿੰਨੀ 304 ਹੋਣੀ ਹੈ ਨਾ ਤੈਨੂੰ ਪਤਾ ਹੀ ਨਹੀਂ ਹੈਗਾ ਮੈਂ ਤੈਨੂੰ ਦੱਸ ਦਿਆਂ ਆ ਤੂੰ ਚੀਜ਼ਾਂ ਲੈ ਨਹੀਂ ਸੀ ਮੇਰੇ ਕੋ ਫਿੱਟ ਕਰ ਜਾ ਇੱਥੇ ਰੱਖ ਲੈ ਪਾਵਰ ਬੈਂਕ ਮੇਰਾ ਉਹ ਮੈਰੀ ਦਿਮਾਗ ਠੀਕ ਹੈ ਤੇਰਾ ਭਾਈ ਇਹਦੇ ਨਾਲ ਚੀਜ਼ਾਂ ਨਹੀਂ ਬਣਦੀਆਂ ਪਾਵਰ ਬੈਂਕ ਤੇਰਾ ਕਿੱਥੋਂ ਆ ਗਿਆ ਦੁਨੀਆ ਬਣਾ ਲਈ ਅਸੀਂ ਜੋੜ ਬਣਾ ਸਕਦੇ ਆ ਨਹੀਂ ਬਣਦੀ ਤੈਨੂੰ ਕੋਈ ਸ਼ਖਸੀਅਤ ਨਹੀਂ ਦੇਣੀ ਕੋਈ ਸ਼ੈ ਮੇਰੇ ਕੋਲ ਚਪੇੜਾ ਨਾ ਖਾ ਲਈ ਤਾਂ ਹੋ ਜਾ ਤੇਰੇ ਜੇ ਗਾਹਕ ਖਰਾਬ ਕਰ ਦੇਣਗੇ ਸਾਡੀ ਦੁਕਾਨ ਦਾ ਨਾਮ 304 ਤੁਰ ਗਈ ਕਿਧਰੇ 10-10 ਹੀ ਜਾ ਦਿਮਾਗ ਠੀਕ ਹੈ ਤੇਰਾ 18,000 ਦੀ ਕਮੇਟੀ ਹੈ 18,000 ਇੱਥੇ ਜੋੜ ਕੱਟੀ ਨਹੀਂ ਕਿ ਜਦੋਂ ਮੋਬਾਈਲ ਤੋਂ ਮੈਂ ਲੈਣੀ ਹੈ ਚੱਲ ਜਦੋਂ ਮੋਬਾਈਲ ਤੋਂ ਆਵਾਂਗਾ ਮੋਬਾਈਲ ਲੈਣ ਪੈਸੇ ਲੈ ਕੇ ਆਵਾਂਗਾ ਜੇਬ ਚ 304 ਚੱਲ ਚਵਲ ਜੇ ਆ ਗਏ ਦਿਮਾਗ ਠੀਕ ਹੈ ਤੇਰਾ ਨਾ ਕੰਮ ਦਾ ਪਤਾ ਨਾ ਗੱਲ ਦਾ ਪਤਾ ਦੀ ਜਾ ਬੇਬੇ ਦਾ ਮੋਬਾਈਲ ਇੱਥੇ ਜੋੜ ਦਿੰਦੇ ਆ ਕਰ ਵੱਡਾ ਨੂੰ ਸ਼ਖਸੀਅਤ ਦੀ ਇੱਜ਼ਤ ਨਹੀਂ ਸਮਝੇ ਹੋ ਨਾ ਗੱਲ ਦਾ ਨਹੀਂ ਰਿਹਾ ਅਜੀ ਦਾ ਜ਼ਰਾ ਵੇਖ ਲਾ ਲੋ ਭੱਜ ਜਾ 304 ਦੇ ਦਿਓ ਰੱਖੋ ਸਬਰ ਕਰੋ ਨਹੀਂ ਬਣਾਉਣਾ ਓਵੇ ਇਹਨਾਂ ਜੇ ਤੇ ਤੁਸੀਂ ਫਿੱਟ ਕਰ ਨਹੀਂ ਨਾਨਕਿਆਂ ਦੇ ਆਇਆ ਮੈਂ ਦੁੱਖ ਮੈਨੂੰ